ਜੱਸੀ ਓ ਜੱਸੀ ਹਾਂਜੀ ਕੀ ਹੋ ਗਿਆ ਮੈਂ ਇੱਧਰ ਪਾਥੀਆਂ ਲਾ ਰਹੀ ਐ ਉਹ ਪਾਥੀ ਲਈ ਐ ਤੂੰ ਮੇਰੀ ਗੱਲ ਸੁਣ ਹਾਂਜੀ ਦੱਸੋ ਨਾ ਤੈ ਮੈਨੂੰ ਅੱਜ ਦੱਸੀ ਨਹੀਂ ਕੀ ਨਹੀਂ ਦੱਸਿਆ ਜੀ ਵੀ ਰੱਖੜੀਆਂ ਨੇ ਅੱਜ ਨਾ ਤੁਹਾਨੂੰ ਪਤਾ ਹੀ ਨਹੀਂ ਐਡਾ ਬੜਾ ਤਿਹਾਰ ਐ ਜੀ ਭਲਾ ਰੱਖੜੀਆਂ ਕੌਣ ਭੁੱਲਦਾ ਹੁੰਦਾ ਉਹ ਮੈਨੂੰ ਤਾਂ ਹੁਣ ਮਨੂ ਨੇ ਦੱਸਿਆ ਸੀਗਾ ਕਹਿੰਦੇ ਜਿਹੜੀ ਅੱਜ ਰੱਖੜੀਆਂ ਨੇ ਫਿਰ ਤੁਹਾਡੇ ਸਾਹਮਣੇ ਮਨੂ ਅੱਜ ਕਿੰਨੀ ਜਿੱਦ ਕਰਕੇ ਪੈਸੇ ਲੈ ਕੇ ਗਈ ਐ ਅੱਛਾ ਉਹਨੂੰ ਸਕੂਲ 'ਚ ਰੱਖੜੀ ਲੈ ਕੇ ਜਾਣੀ ਸੀ ਅੱਜ ਅੱਛਾ ਅੱਛਾ ਅੱਜ ਤਾਂ ਆਪਣੇ ਨਾਲ ਪ੍ਰਧਾਨ ਵੀ ਪੂਰਾ ਖੁਸ਼ ਸੀ ਤਾਈ ਕਹਿੰਦਾ ਦੋਨੇ ਭੈਣ ਭਾਈ ਬਹੁਤ ਖੁਸ਼ ਸੀਗੇ ਅੱਜ ਤਾਂ ਉਹ ਆ ਜਾ ਬੈ ਕੇ ਕਰਦੇ ਆਂ ਗੱਲ ਕਰਨੀ ਆ ਤੁਸੀਂ ਅੱਜ ਲੈ ਹੁਣ ਕੰਮ ਵੀ ਜੀ ਕਰੇ ਤੋਂ ਹੀ ਹੋਊਗਾ ਉਹ ਕਿਹੜਾ ਕੋਈ ਹੋਰ ਕਰ ਜੂਗਾ ਭਲਾ ਆ ਕੇ ਚੱਲ ਕੋਈ ਨਹੀਂ ਕੰਮ ਤਾਂ ਹੁੰਦੀ ਰਹਿਣਗੇ ਦੱਸੋ ਕੀ ਹੋ ਗਿਆ ਅੱਜ ਕਿਹੜੀ ਗੱਲ ਕਰਨੀ ਆ ਤੁਸੀਂ ਉਹ ਮੈਂ ਤਾਂ ਯਾਰ ਐਂ ਕਹਿੰਦੇ ਤੈਨੂੰ ਹਾਂ ਵੀ ਆਪਾਂ ਵੀਰਾਂ ਨੂੰ ਨਾ ਕਰਦੀ ਫੋਨ ਹਾਂਜੀ ਵੀਰਾਂ ਨੂੰ ਤਾਂ ਫੋਨ ਕਰ ਦਿੰਦੇ ਪਰ ਮੈਂ ਐਂ ਕਹਿੰਦੀ ਸੀ ਇਸ ਵਾਰ ਹੱਥ ਦੇਖੋ ਟਾਈਟ ਹੈ ਮੇਰੇ ਕੋਲ ਤਾਂ ਉਹੀ ਹੈ ਘਰੇ ਕੱਪੜਾ ਲੀੜਾ ਜਿਹੜਾ ਫਿਰ ਤੁਸੀਂ ਜੇ ਤੁਹਾਡੇ ਕੋਲ ਹੈਗਾ ਕੋਈ 500-700 ਤਾਂ ਦੇਖ ਲਓ ਉਹ ਯਾਰ ਤਾਂ ਕਮਲੀਆਂ ਗੱਲਾਂ ਕਰਦੀ ਆਪਣੀ ਕੁੜੀ ਕਿਤੇ ਦੇਣ ਲੈਣ ਦੀ ਭੁੱਖੀ ਹੈ ਉਹਨੂੰ ਤਾਂ ਅਸੀਂ ਚੋ ਬਥੇਰਾ ਰਹਿੰਦਾ ਮੇਰੇ ਭਾਈ ਨੇ ਫੋਨ ਕਰਤਾ ਜੀ ਦੇਣ ਲੈਣ ਦੀ ਭੁੱਖੀ ਤਾਂ ਹੈ ਨਹੀਂ ਪਰ ਤੁਹਾਨੂੰ ਪਤਾ ਉਹਦੀ ਸੱਸ ਕਿੰਨੀ ਜਿੰਦਰੀ ਹੈ ਉਹ ਤਾਂ ਕੁੜੀ ਨੂੰ ਮਿਹਣੇ ਮਾਰ ਮਾਰ ਕੇ ਇੱਦਾਂ ਹੀ ਕਰ ਦਿੰਦੀ ਹੈ ਫਿਰ ਉਹ ਮਿਹਣੇ ਤਾਂ ਆਪਾਂ ਤਾਂ ਦੋਏ ਪਾਸੇ ਫਸੇ ਹੋਏ ਹਾਂ ਜੇ ਹੁਣ ਨਾ ਫੋਨ ਕਰਿਆ ਮਿਹਣੇ ਤਾਂ ਉਹ ਤਾਂ ਵੀ ਦੇਣਗੇ ਵੀ ਤੇਰੀ ਤਾਂ ਜਾਤ ਹੀ ਨਹੀਂ ਪੁੱਛਦੇ ਤੇਰੇ ਪੇਕੇ ਚਲੋ ਬਾਕੀ ਤੁਸੀਂ ਦੇਖ ਲਓ ਜੀ ਫਿਰ ਜੇ ਹੈ ਤੁਹਾਡੇ ਕੋਲ ਉਹ ਕੁਛ ਨਹੀਂ ਹੁੰਦਾ ਸਾਰਾ ਇੰਤਜ਼ਾਮ ਮੈਂ ਆਪ ਹੀ ਕਰ ਦੂੰਗਾ ਇਹ ਤਾਂ ਕਬੀਲਦਾਰੀ 'ਚ ਇਹੋ ਜਿਹਾ ਕੁਛ ਤਾਂ ਚੱਲਦੀ ਰਹਿੰਦਾ ਟੈਟ ਟੁੱਟ ਤੱਤ ਹੁੰਦੀ ਰਹਿੰਦੇ ਨੇ ਆਪਾਂ ਫੋਨ ਕਰਦੇ ਹਾਂ ਚੋ ਚੜ ਜੂ ਫਿਰ ਵੀ ਕੁੜੀ ਜੀ ਦੇਖੋ ਕਿਰਾਇਆ ਭਾੜਾ ਲਾ ਕੇ ਆਊਗੀ ਫਿਰ ਤੁਹਾਨੂੰ ਪਤਾ ਮਠਿਆਈ ਦਾ ਡੱਬਾ ਵੀ ਕੋਈ ਕੱਦਾਂ ਲਿਆਉਂਦੀਆਂ ਨਿਆਣੀ ਪਰ ਜਾਂਦੀ ਨੂੰ ਫਿਰ ਵੀ ਕੁਛ ਤਾਂ ਚਾਹੀਦਾ ਹੀ ਹੈ ਜੀ ਉਹ ਮਹਾ ਕੋਈ ਚੱਕਰ ਨਹੀਂ ਤੂੰ ਫਿਕਰ ਕਿਉਂ ਕਰਦੀ ਹੈ ਤੂੰ ਉਹਨੂੰ ਫੋਨ ਕਰਨ ਤਾਂ ਇਹੀ ਨਹੀਂ ਚੋ ਚੱਕਿਆ ਜਾਣਾ ਤੇਰੀ ਬਾਕੜੀ ਤੋਂ ਚੱਲ ਫਿਰ ਮੈਂ ਕਰਦੀ ਹਾਂ ਜੀ ਫੋਨ ਲੈ ਕੇ ਆਈ ਮੈਂ ਹਨਾ ਹੋਰ ਹੈਲੋ ਹਾਂ ਵੀਰਾਂ ਹਾਂਜੀ ਭਾਬੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰਾਂ ਤੂੰ ਅੱਜ ਆਈ ਨਹੀਂ ਇਸ ਤੈਨੂੰ ਉਡੀਕਦੇ ਸੀ ਕਿੱਥੇ ਭਾਬੀ ਹਾਂ ਵੀਰਾਂ ਅੱਜ ਦੇਖੀ ਰੱਖੜੀ ਹੈ ਅਸੀਂ ਤਾਂ ਤੈਨੂੰ ਸਵੇਰ ਦੇ ਯਾਦ ਕਰ ਰਹੇ ਹਾਂ ਤੇਰਾ ਵੀਰਾ ਵੀ ਤੇਰੀ ਰਾਹ ਉਡੀਕ ਰਿਹਾ ਭਾਬੀ ਮੈਂ ਮੰਮੀ ਤੋਂ ਪੁੱਛ ਕੇ ਦੱਸਦੀ ਹਾਂ ਫਿਰ ਆਉਂਦੀ ਹਾਂ ਮੈਂ ਹਾਂ ਹਾਂ ਕੋਈ ਗੱਲ ਨਹੀਂ ਆਹ ਤੇਰੇ ਵੀਰੇ ਨਾਲ ਗੱਲ ਕਰ ਲੈ ਲੈ ਕੀ ਕਹਿੰਦੀ ਹੈ ਲੈ ਵੀਰੇ ਹੈਲੋ ਹਾਂਜੀ ਵੀਰੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭੈਣੇ ਹੋਰ ਠੀਕ ਹੈ ਹਾਂਜੀ ਬਸ ਮੈਂ ਵੀ ਠੀਕ ਹਾਂ ਹਾਂ ਮੈਂ ਤਾਂ ਹੀ ਕਹਿੰਦੀ ਭੈਣੇ ਵੀ ਤੂੰ ਆ ਜਾਂਦੀ ਅੱਜ ਵੀਰੇ ਬਸ ਕੰਮਾਂ ਕਾਰਾਂ 'ਚ ਹੀ ਦਿਨ ਲੰਘ ਜਾਂਦਾ ਤਾਂ ਕਰਕੇ ਦਿਮਾਗ 'ਚੋਂ ਨਿਕਲ ਗਿਆ ਵੀ ਅੱਜ ਰੱਖੜੀ ਹੈ ਆਪਣੇ ਕੰਮ ਕਾਰ ਤਾਂ ਸਾਰੀ ਉਮਰ ਹੀ ਚੱਲੀ ਜਾਣੇ ਨੇ ਤੂੰ ਆ ਜਾ ਅੱਜ ਕੋਈ ਨਾ ਵੀਰੇ ਮੈਂ ਆ ਜਾਾਂਗੀ ਹਾਂ ਬਸ ਮੈਂ ਡੀਕੂੰਗਾ ਕਿਤੇ ਕਾਲ ਕਰ ਜੇ ਠੀਕ ਹੈ ਜੀ ਹਾਂ ਕਹਿ ਕੇ ਆ ਜਾ ਇਹਨਾਂ ਨੂੰ ਹੈ ਚੰਗਾ ਭੈਣੇ ਚੰਗਾ ਕਰੀ ਅੱਜ ਮੈਂ ਮੰਮੀ ਜੀ ਬਸ ਕਰੋ ਰੱਖੜੀ ਵਾਲੇ ਦਿਨ ਤਾਂ ਨਾ ਤੁਸੀਂ ਮੇਰੇ ਵੀਰੇ ਨੂੰ ਬੋਲੋ ਤੁਸੀਂ ਬਸ ਮੈਨੂੰ ਇੰਨਾ ਦੱਸ ਦੋ ਜਾਨ ਦੇਣਾ ਕਿ ਨਹੀਂ ਦੇਣਾ ਹੈਗਾ ਨਹੀਂ ਭਾਈ ਮੈਨੂੰ ਨਹੀਂ ਪਤਾ ਹੈਗਾ ਮੁੰਡੇ ਨੂੰ ਪੁੱਛ ਲਾ ਤੋਰੂਗਾ ਤੈਨੂੰ ਚੱਲ ਮੈਂ ਵੀ ਪੈਸੇ ਲੈ ਕੇ ਆਉਣਾ ਚਰਨੇ ਤੋਂ ਲੈਣਾ 500 ਰੁਪਇਆ 500 ਦੇ ਦੇ ਰੱਬ ਸੁੱਖ ਰੱਖੇ ਮਿਲ ਜਾਣ ਓ ਹਾਂ ਚੱਲਦਾ ਬਸ ਮੈਂ ਆਉਣਾ ਬਾਹਰ ਰੋਟੀ ਪਾਣੀ ਖਾ ਲਾ ਓਏ ਹਾਂ ਨਹੀਂ ਰੱਬ ਨੂੰ ਆਥਣ ਜਿਹਾ ਹੋ ਜੂਗਾ ਠੀਕ ਹੈ ਚੱਲ ਠੀਕ ਹੈ ਠੀਕ ਹੈ ਓਕੇ ਜਵਾਕਾਂ ਤੋਂ ਤੋਂ ਪਹਿਲਾਂ ਪਰ ਕੁਛ ਨੀ ਯਾਰ ਮੈਂ ਜਾਣਾ ਹੁਣ ਮੁੰਡਾ ਆ ਰਿਹਾ ਬਾਹਰ ਮੈਨੂੰ ਪਤਾ ਹੈ ਇਹ ਕਾਹਨੂੰ ਭੇਜ ਕੇ ਰਾਜ਼ੀ ਨੇ ਚੱਲ ਕੋਈ ਨਾ ਮੈਂ ਆਪ ਹੀ ਜਾ ਜਾਂਦੀ ਹਾਂ ਇਹਨਾਂ ਪਿੱਛੇ ਮੈਂ ਆਪਦੇ ਭਰਾ ਦਾ ਦਿਲ ਥੋੜੀ ਦੁਖਾਣਾ ਚੰਗਾ ਮੰਮੀ ਜੀ ਮੈਂ ਜਾਣੀ ਆ
ਚੰਗਾ ਮਾੜਾ ਸੰਦੇਹ ਹਾਂ ਜੀ ਮੈਥੋਂ ਨਹੀਂ ਕੰਮ ਕੁੰਮ ਹੁੰਦੇ ਜਵਾਬ ਖਾਣਗੇ ਰੋਟੀ ਟੁੱਕ ਕਰਨਾ ਪੈਣ ਵਾਲੀ ਠੀਕ ਹੈ ਮੰਮੀ ਜੀ ਮੈਂ ਆ ਜੂ ਟਾਈਮ ਨਾਲ हाँ वीरा आ गई सत श्री अकाल ठीक है और सुना ठीक ठाक बंची ठीक है बैठ चल हाँ। मैं पानी लेके आ जा भेने सत श्री अकाल और ठीक है भेने ठीक ठाक किवें भेने गलिए आ गई फिर जवाक नु लेंदियां ਉਹ ਜਵਾਕ ਤਾਂ ਗਏ ਹੋਏ ਸੀਗੇ ਸਕੂਲ ਮੈਂ ਕਿਹਾ ਚੱਲ ਜਾਇਆ ਮਾਂ ਵੀਰੇ ਕੋਲ ਮੈਨੂੰ ਤਾਂ ਜਮਾ ਯਾਦ ਨਹੀਂ ਸੀ ਵੀ ਅੱਜ ਰੱਖੜੀਆਂ ਨੇ ਤੂੰ ਕਹਨ ਯਾਦ ਕਰਦੇ ਆ ਕਮਲੀਏ ਹੁਣ ਨਾ ਵੀਰੇ ਬਸ ਕੰਮਾਂ ਕਾਰਾਂ ਕਰਕੇ ਧਿਆਨ ਜਾਈ ਨਹੀਂ ਰਹਿੰਦਾ ਹੈਗਾ ਚੱਲ ਕੋਈ ਹੋਰ ਵਧੀਆ ਰਹਿੰਦੇ ਠੀਕ ਠਾਕ ਹਾਂਜੀ ਹਾਂਜੀ ਹੋਰ ਵੀਰੇ ਕੰਮ ਕਾਰ ਕਿੱਦਾਂ ਚੱਲਦਾ ਕੰਮ ਕਾਰ ਵਧੀਆ ਭੈਣੇ ਕਾਹਦਾ ਕੰਮ ਹੈ ਮੈਂ ਤਾਂ ਵਿਹਲਾ ਹੀ ਹੁੰਦਾ ਆਹ 2 ਕਿੱਲੇ ਵਾਹਣ ਦੇ ਕਰੇ ਨੇ ਫਸਲ ਚੱਲ ਵਧੀਆ ਖੜੀ ਐ ਇਤਕੀ ਡੰਗਰ ਪਸ਼ੂ ਜਾਇ ਤੇ ਕੀ ਵੇਚਤਾ ਕਿਉਂ ਉਹ ਬਸ ਪਿਛਲੇ ਸਾਲ ਵੀ ਉਹਨੇ ਦੁੱਧ ਚੱਜ ਨਾਲ ਦਿੱਤਾ ਨਹੀਂ ਮੈਸ ਨੇ ਹੁਣ ਐ ਵੀ ਕੋਈ ਚੱਜ ਦੀ ਲੈ ਲਾਂਗੇ ਖੁਰਤਾ ਵਢਾਉਨੇ ਆ ਕਿ ਨਹੀਂ ਇਹ ਵੀ ਸਹੀ ਗੱਲ ਆ ਹੋ ਚੱਲ ਆ ਵਧੀਆ ਕਰਾ ਤੂੰ ਆ ਗਈ ਅਸੀਂ ਵੀ ਸਲਾਹ ਕਰੀਏ ਜਾਂਦੇ ਦੀ ਜਾਣ ਦੀ ਉੱਥੇ ਅੱਛਾ ਅੱਛਾ ਆ ਜਾਂਦੇ ਫਿਰ ਸਲਾਹ ਕਰਦੀ ਸੀ ਹਲੇ ਵੀਰਾ ਪਰ ਜਾਂਦੇ ਥੋੜਾ ਨੇ ਤੇਰੇ ਕੋਲ ਇਹ ਲੈ ਵੀਰੇ ਹੱਦ ਐ ਆ ਜਾਂਦੇ ਤੂੰ ਬਸ ਭੈਣ ਕੀ ਸੱਸ ਮਿਲ ਲੈਂਦੀ ਮੇਰੀ ਸੱਸ ਕਹਿੰਦੇ ਚੰਗੀ ਬਹੁਤ ਐ ਭਾਈ ਤੇਰਾ ਬਹੁਤ ਮੋਹ ਕਰਦੀ ਐ ਹਾਂਜੀ ਹਾਂਜੀ ਬਹੁਤ ਚੰਗੇ ਸੁਭਾਅ ਦੇ ਨੇ ਮੈਂ ਤਾਂ ਖਾਸੀ ਸਰੇ ਤਾਂ ਸੁਣੀ ਐ ਦੀ ਚੱਲ ਵਧੀਆ ਭੈਣੇ ਕੁਛ ਨਹੀਂ ਦਾ ਆਪ ਸਿਆਣੀ ਬਣ ਕੇ ਕੱਟ ਲੈ ਥੋੜੇ ਵਾਲੇ ਟਾਈਮ ਦੀ ਖਾਈ ਹੁੰਦੀ ਹੈ ਬਾਅਦ ਮੌਜ ਕਰਾਂਗੇ ਕਿ ਨਹੀਂ ਹਾਂਜੀ ਹਾਂਜੀ ਨਾ ਤੂੰ ਕੋਈ ਜਵਾਕ ਲੈ ਕੇ ਨਹੀਂ ਵੀਰ ਭਾਬੀ ਜਵਾਕ ਤਾਂ ਸਕੂਲ ਗਏ ਹੋਏ ਸੀਗੇ ਮੇਰੇ ਹਾਈ ਤੇਰੇ ਭਤੀਜਾ ਭਤੀਜੀ ਦਾ ਐਨਾ ਅੱਜ ਕਹਿ ਕੇ ਕਹਿੰਦੇ ਸਾਡੀ ਭੂਆ ਵੀ ਅਸੀਂ ਜਾਂਦੇ ਸਕੂਲ ਅੱਛਾ ਮੈਂ ਮਸਾ ਤੋਰੇ ਨੇ ਮੈਂ ਕਿਹਾ ਨਾ ਪੁੱਤ ਤੁਸੀਂ ਜਾਓ ਜਾਨੂੰ ਤੁਸੀਂ ਸਕੂਲੋਂ ਮੁੜੇ ਆਓਗੇ ਹਾਂਜੀ ਜਾਨੂੰ ਤੁਹਾਡੀ ਭੂਆ ਆਊਗੀ ਵੀਰਾ ਅੱਜ ਤਾਂ ਤੂੰ ਲੈ ਜੀ ਲੈ ਹੁਣ ਇੰਚ ਕਹਿਣ ਦੀ ਕੀ ਲੋੜ ਹੈ ਅੱਜ ਥੋੜੀ ਜਾਣ ਦੇਵਾਂਗੇ ਰਹੀ ਵੀਰਾ ਜਦੋਂ ਤੂੰ ਆਈ ਨਾ ਵੀਰੇ ਮੇਰੇ ਜਵਾਕਾਂ ਦਾ ਨਹੀਂ ਸਰਨਾ ਨਾਲੇ ਕੰਮ ਕਰ ਇੰਨਾ ਪਿਆ ਘਰ ਦਾ ਕੰਮ ਲਈ ਇਹ ਕੰਮ ਕਰ ਤਾਂ ਸਾਰੀ ਉਮਰ ਹੀ ਹੁੰਦੇ ਰਹਿਣਗੇ ਤੂੰ ਕਿਤੇ ਰੋਜ਼ ਰੋਜ਼ ਆਉਣੀ ਮਿਲ ਲਾ ਬਾਕੀ ਤਾਂ ਜੀ ਠੀਕ ਹੈ ਤੁਹਾਨੂੰ ਪਤਾ ਇਹਦੀ ਸੱਸ ਦਾ ਸੁਭਾਅ ਵਿਚਾਰੀ ਨੂੰ ਦੇਖਣਾ ਪੈਂਦਾ ਫਿਰ ਚੱਲ ਕੋਈ ਨਾ ਵੀਰਾ ਪਰ ਹੁਣ ਜਵਾਕਾਂ ਦੇ ਆਉਂਦੇ ਤੱਕ ਰਹਿ ਜੀ ਹਨਾ ਚੰਗਾ ਠੀਕ ਹੈ ਚਲੋ ਵੀਰੇ ਟਾਈਮ ਹੋ ਰਿਹਾ ਮੈਂ ਰੱਖੜੀ ਬੰਦਾ ਫਟਾਫਟ ਫਿਰ ਮੈਂ ਜਾਣਾ ਵੀ ਹੈ ਚੱਲ ਤੂੰ ਐ ਕਰ ਫਿਰ ਉੱਥੋਂ ਲੈ ਲੈ ਭੈਣੇ ਕੋਈ ਜਿਹੜੀ ਚੀਜ਼ ਵਰਦੀ ਲੋੜ ਹੈ ਹਾਂ ਚੱਲ ਫਿਰ ਚਲੋ ਜੀ ਆਓ ਲੈ ਲੱਡੂਆਂ ਲੁੱਡੂਆਂ ਦੀ ਕਾਹਨੂੰ ਖੇਚਲਾ ਕਰਦੇ ਨੇ ਭੈਣੇ ਹਾਂ ਇਹ ਤਾਂ ਮੇਰਾ ਫਰਜ਼ ਸੀ ਲਿਆਉਣਾ ਹੀ ਸੀਗਾ ਮੈਂ ਤਾਂ ਗੁੜ ਦੀ ਰੋੜੀ ਖਵਾ ਕੇ ਬੰਦ ਹੁੰਦੀ ਤਾਂ ਬੰਦ ਹੁੰਦੀ ਲੈ ਵੀ ਤੇ ਗੱਲ ਆਪਦੇ ਘਰ ਦੀ ਵਧਾਈਆਂ ਨੇ ਬਾਕੀ ਤੁਸੀਂ ਦੋ ਜੀ ਆਪਦੀ ਭੈਣ ਨੂੰ ਇਹਦੀ ਕੀ ਲੋੜ ਸੀ ਭਾਬੀ ਨਾ ਇਹ ਤਾਂ ਤੀਏ ਬਣਦਾ ਪਰ ਵੀਰਾ ਇਸ ਵਾਰ ਤਾਂ ਮੈਂ ਤੈਨੂੰ ਘਰ ਹੀ ਦੇ ਰਹੀ ਹਾਂ ਬਸ ਆ ਹੁਣ ਫਸਲ ਵਿਕਣ ਵਾਲੀ ਆਪਣੀ ਫਿਰ ਤੈਨੂੰ ਨਾ ਜਿਹਾ ਜਿਹਾ ਤੂੰ ਕਹੇਂਗੀ ਮੈਂ ਉਹੋ ਜਿਹਾ ਲੈ ਕੇ ਦਊਂ ਕੋਈ ਨਹੀਂ ਭਾਬੀ ਇਹਦੀ ਕੀ ਲੋੜ ਸੀ ਨਾ ਨਾ ਭੈਣੇ ਅਸਤਾ ਕੋਈ ਆਪ ਹੀ ਨਹੀਂ ਬਾਲੇ ਦਿੰਦੇ ਖੁਸ਼ ਹੋ ਕੇ ਜਾਈ ਮੇਰੀ ਆ 200 ਰੁਪਏ ਜਿੰਨਾ ਕਿ ਮੈਥੋਂ ਸਰਿਆ ਮੈਂ ਤੈਨੂੰ ਸ਼ਾਗਨ ਦੇ ਕੋਈ ਨਾ ਵੀਰੇ ਤੁਹਾਡਾ ਪਿਆਰ ਹੀ ਮੇਰੇ ਲਈ ਬਹੁਤ ਹੈ ਮੈਂ ਉਸੇ ਹੀ ਖੁਸ਼ ਹਾਂ ਹੋਰ ਕੁਝ ਨਹੀਂ ਪਰਮਾਤਮਾ ਕਰੇ ਸਾਰੀ ਉਮਰ ਖੁਸ਼ ਰਹੇ ਤੂੰ ਆਦਾ ਮੌਜਾਂ ਲਵੇਂ ਕਰੇ ਹਾਂਜੀ ਬਸ ਗੇੜਾ ਮਾਰ ਜਾ ਕਰ ਭੈਣੇ ਹਨ ਠੀਕ ਹੈ ਵੀਰੇ ਜੇ ਜੇ ਹੈਗੀਆਂ ਬੋਲੇ ਕਮਲੇ ਇਸ ਤਾਂ ਤੁਸੀਂ ਵੀ ਆ ਜਾ ਕਰੋ ਸਹੁਰੇ ਮੇਰੇ ਕੋਈ ਨਹੀਂ ਭੈਣੇ ਆਵਾਂਗੇ ਜ਼ਰੂਰ ਚਲੋ ਠੀਕ ਹੈ ਵੀਰੇ ਮੈਂ ਚੱਲਦੀ ਲਹਿ ਚੱਲਣ ਨੂੰ ਕੀ ਹਾਲੇ ਤੂੰ ਚਾਹ ਪਾਣੀ ਕਰ ਕੁੜੀ ਨੂੰ ਹਾਂ ਮੈਂ ਬਣਾਉਣੀ ਨਾ ਨਾ ਭਾਬੀ ਮੈਂ ਲੇਟ ਹੋ ਰਹੀ ਹਾਂ ਮੇਰੇ ਜਵਾਕ ਆਣ ਵਾਲੇ ਕੋਈ ਗੱਲ ਨਹੀਂ ਐਨੇ ਤੇਰੇ ਭਤੀਜਾ ਵੀ ਆ ਜੂ ਨਾਲ ਭਤੀਜੀ ਮੈਂ ਬਸ 2 ਰੋਟੀਆਂ ਹੁਣੀ ਬਣਾ ਕੇ ਲੈ ਕੇ ਗਈ ਮੈਂ
मैं देख रहा हूँ लेना आगे है ना। भाभी जी आ लफाफे च पा दो। हाँ हाँ वीरा पा दो। ले चल आ तू रोटी बन गई तेरी पाई पई। ना ना भाभी मैं रोटी पा दी वीरा आ जा रोटी खा के बस हूं भाभी जी आ जा आ ਭਾਬੀ ਮੈਂ ਚੱਲਦੀ ਹਾਂ। ਦੇਖੀ ਵੀਰਾ 10 ਮਿੰਟ ਹੋਰ ਰੁਕ ਜਾਂਦੀ ਬਸ ਤੇਰੇ ਭਤੀਜਾ ਭਤੀਜੀ ਆਉਂਦੇ ਹੋਣਗੇ ਤੇਰਾ ਬਾਈ ਵੀ ਉਹਨਾਂ ਨੂੰ ਇਹ ਦੇਖਣਗੇ। ਕੋਈ ਨਹੀਂ ਭਾਬੀ ਮੈਂ ਫੇਰ ਆਵਾਂਗੀ ਘਰ ਦੇ ਉਡੀਕਦੇ ਹੋਣੇ। ਚੱਲ ਕੋਈ ਨਾ ਪੁੱਤ ਫੇਰ ਠੀਕ ਹੈ ਧਿਆਨ ਨਾਲ ਜਾਈ ਹਨਾ। ਠੀਕ ਹੈ ਵੀਰੇ ਇਹਨੂੰ ਕਹਿ ਦਿਓ ਵੀ ਮੈਂ ਚੱਲੀ ਹਾਂ। ਠੀਕ ਹੈ ਕੋਈ ਗੱਲ ਨਹੀਂ ਆਵਾਂਗੇ ਹੁਣ ਅਸੀਂ ਤੇਰੇ ਕੋਲੇ ਹਨਾ। ਠੀਕ ਹੈ ਠੀਕ ਹੈ ਜਾ ਕੇ ਫੋਨ ਕਰਦੀ। ਠੀਕ ਹੈ ਭਾਬੀ लेट हो गया की गल ज्यादा पढ़ ले से हैं स्कूल से करे तो पुत ले जाया ही मैं ना जल्दी जल्दी से तोड़े लिए चिज्जी ले आना भूल गई। आलो पैसे चिज्जी खा लो ठीक है ले फट पुत ले बस जब आ जो हम करे ठीक है बाय। बीना भाग भी गई। हां जी ਹੁਣੀ ਗਈ ਹੈ ਹਲੇ ਬਥੇਰਾ ਜ਼ੋਰ ਲਾਇਆ ਸੀ ਮੈਂ ਤਾਂ ਵੀ ਰੁਕ ਜਾ ਜਵਾਕਾਂ ਨੂੰ ਮਿਲ ਕੇ ਵਗ ਜੀ ਜੇ ਉਹਨਾਂ ਨੂੰ ਵੀ ਪਤਾ ਲੱਗ ਗਿਆ ਤਾਂ ਹੁਣ ਉਹ ਵੀ ਕਲੇਸ਼ ਕਰਨਗੇ ਮੇਰੇ ਨਾਲ ਆ ਕੇ। ਉਹ ਕਿੱਥੋਂ ਮੈਂ ਤਾਂ ਆਪ ਉਹਨਾਂ ਨੂੰ ਦੇਖ ਕੇ ਆਇਆ ਪਤਾ ਨਹੀਂ ਕਿਹੜੀ ਸਾਈਡ ਉਤਰ ਗਿਆ ਜੇ ਬੈਨ ਅੱਜ ਉਹਨਾਂ ਦੀ ਆਈ ਹੈ ਨਹੀਂ ਉਧਰ ਪਤਾ ਨਹੀਂ ਮੜਾ ਜੇ ਹੋਰ ਅੱਗੇ ਦੇਖ ਲੈਂਦੇ ਕਿਸੇ ਨੂੰ ਉਹ ਆ ਗਏ। ਅੱਛਾ ਹਾਂ ਅੱਡੀ ਬੁਆ ਪੈਸੇ ਦੇ ਕੇ ਨਹੀਂ ਬੁਆ ਮਿਲ ਗਈ ਸੀ ਪੁੱਤ ਚਲ ਸ਼ੁਕਰ ਹੈ ਆ ਪੈਸੇ ਦੇ ਕੇ ਤੈਨੂੰ ਲਕੀ ਲੈ ਗਈ ਵਿਚਾਰੀ ਧੀਆਂ ਤਾਂ ਮਨ ਦੀਆਂ ਭੁੱਖੀਆਂ ਹੁੰਦੀਆਂ ਨੇ। ਮੰਮੀ ਜੀ ਆ ਵੀਰੇ ਨੇ ਸੂਟ ਦਿੱਤਾ ਤੁਹਾਨੂੰ ਸਪੈਸ਼ਲੀ ਕਹਿੰਦੇ ਮਾਸੀ ਸਿਉਂ ਕੇ ਪਾ ਲੇਗੀ ਮੈਨੂੰ ਤਾਂ ਸਾਰੀ ਉਮਰ ਹੀ ਦੇਣਾ ਨਾਲੇ ਮੈਨੂੰ 500 ਰੁਪਏ ਸ਼ਗਨ ਦਿੱਤਾ। ਅੱਛਾ ਹਾਂਜੀ ਕਿੰਨਾ ਸੈਣਾ ਗਾ ਹਨਾ ਵਧੀਆ ਗਾ ਸੂਟ ਦੇਖੋ ਸੋਹਣਾ। ਹਾਂ ਪੁੱਤ ਸਮੈਣ ਵਾਲਾ ਗਾ ਸਮੈ ਕੇ ਪਾਉਂਗਾ ਜੀ ਵੱਡੀ ਸਾਰੀ ਉਮਰ ਹੋ ਵੀ ਬਾਹਲਾ ਸੈਣਾ ਗਾ ਮੇਰੇ ਪੁੱਤ ਤਾਂ ਨਵੇਂ ਨੂੰ ਫੜਾ ਮੰਦ ਤੇ ਰਹਿਮਾ हाय दोस्तों साडा ये वीडियो बनाने का यही मकसद सी भी तुसी थोड़ा चाहे बाला जदों भी कोई त्यौहार आता है चाहे वह रखड़ी का चाहे वह तियां का चाहे वह लोहड़ी है चाहे वह दिवाली है आपदियां धियां नूं जरूर याद करया करो क्योंकि पेक्यां दी सपोर्ट नाल ही वह सहुरे घरें सुखी वसदियां। हर एक चीज़ नूं पैसे नाल ना जोड़िया करो कई तियां आईयां ही ने बेचारियां जिहड़े माँ बाप गरीब हुंदे ने उहनां दे चा उहनां दीआं सदरां ना पैसे करके दिल दे विच ही दबियां रह जांदियां ने ਉਹ ਕਿਤੇ ਨਾ ਕਿਤੇ ਇਸ ਡਰ ਦੇ ਕਾਰਨ ਆਪਦੇ ਪੇਕੇ ਘਰ ਨਹੀਂ ਜਾਂਦੀਆਂ ਕਿ ਪਤਾ ਨਹੀਂ ਮੈਨੂੰ ਪੇਕੇ ਘਰੋਂ ਕੁਛ ਮਿਲੂਗਾ ਜਾਂ ਨਾ ਕਿ ਮੈਨੂੰ ਮੇਰੀ ਸੱਸ ਕੀ ਤਾਨੇ ਮਿਹਣੇ ਦਊਗੀ। ਇਸ ਕਰਕੇ ਮੇਰੀ ਸਭ ਨੂੰ ਇਹੀ ਬੇਨਤੀ ਹੈ ਕਿ ਕੋਈ ਵੀ ਰਿਸ਼ਤਾ ਪੈਸੇ ਨਾਲ ਨਾ ਜੋੜੋ ਆਪਦੇ ਪਿਆਰ ਅਤੇ ਮੁਹੱਬਤ ਨਾਲ ਜੋੜੋ ਅਤੇ ਬਾਕੀ ਦੋਸਤੋ ਵਿਆਹੇ ਆਈ ਕੁੜੀ ਨਾਲ ਵੀ ਇਹੋ ਜਿਹਾ ਮਾੜਾ ਸਲੂਕ ਨਾ ਕਰੋ। ਵੀਡੀਓ ਸਾਡਾ ਬਣਾਉਣ ਦਾ ਇਹੀ ਮਕਸਦ ਸੀ ਜੇ ਇੱਕ ਵੀ ਬੰਦੇ ਨੇ ਅਮਲ ਕੀਤਾ ਸਾਡੀ ਗੱਲ 'ਤੇ ਤਾਂ ਸਾਨੂੰ ਲੱਗੂਗਾ ਵੀ ਸਾਡੀ ਵੀਡੀਓ ਬਣਾਈ ਸਫਲ ਹੋਈ। ਬਹੁਤ ਬਹੁਤ ਧੰਨਵਾਦ ਸਾਡੀ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ। ਧੰਨਵਾਦ ਦੋਸਤ ਤੇ ਚੈਨਲ ਜ਼ਰੂਰ ਸਬਸਕ੍ਰਾਈਬ ਕਰਿਓ। ਵੈਰੀ ਗੁੱਡ ਜ਼ੀਰੋ ਥੈਂਕ ਯੂ।